ਜੇ ਆਪਾਂ ਗੱਲਬਾਤ ਕਰੀਏ ਵੀ ਖੁਰਾਕ ਦੇ ਵਿੱਚ ਕੀ ਕੀ ਪਾ ਸਕਦੇ ਹਾਂ ਇਹਨਾਂ ਖੁਰਾਕ ਤਾਂ ਜੀ ਚਾਰਨ ਤੋਂ ਬਿਨਾ ਛਿੱਟੀ ਚੱਲਦੀ ਕਣਕ ਸਿਲਕਾ ਰਲਾ ਰਲਾ ਹਾਂ ਉਹਨਾਂ ਵਿੱਚ ਬੰਦੇ ਪਾਉਂਦੀ ਥੋੜਾ ਥੋੜਾ ਜਿਹਾ ਹਰਾ ਹੁਰਾ ਪਾਉਂਦੇ ਲਿਆ ਕੇ ਬੰਨ ਕੇ ਬਸ ਕਰਾਉਂਦੇ ਨੇ ਉਹਦੀ ਠੀਕ ਹੈ ਕਈ ਬੰਦੇ ਫਾਰਮਾਂ ਫੂਰਮਾਂ 'ਚ ਲਗਾਏ ਨੇ ਹਾਂ ਹੱਥ ਜਮੀ ਸੁਕਾਈਆਂ ਪਈਆਂ ਹੁੰਦੀਆਂ ਠੀਕ ਹੈ ਮੁੱਲ ਕੀ ਕਰੇਗਾ ਜੋੜੀ ਦਾ ਕੀ ਕਰੇ ਮੁੱਲ ਜੋੜੀ ਦਾ क्या मुल किया ਕਿੰਨੇ ਦੰਦਾਂ ਦੀ ਇਹ 6 ਦੰਦ ਲਾਉਂਦੀ ਆ ਜੀ ਪੱਕੀ ਗੱਲ ਆ ਹਾਂਜੀ ਸੂਆ ਸੂਆ ਦੂਜੇ ਸੂਏ ਸੂਗੀ ਗੱਬਣ ਹੈਗੀ ਆ ਗੱਬਣ ਹੈ ਕਿੰਨੇ ਸਾਨੂੰ ਭਾਰੀ ਬੱਕਰੀਆਂ ਕਾਲੇ ਰੰਗ ਦੀਆਂ ਸ਼ਿੰਗਾਰ ਖਾਨ ਜੀ ਕੋਲੇ ਖੜੇ ਨੇ ਨਗ ਕਈ ਸਾਰੇ ਕੀ ਹਾਲ ਹੈ ਜੀ ਠੀਕ ਹੋ ਚਾਚਾ ਜੀ ਠੀਕ ਹੈ ਕਿੰਨੇ ਨਗ ਵੇਚਤੇ ਅੱਜ ਦੋ ਕੁ ਨਗ ਠੀਕ ਹੈ ਆਹ ਵੱਡੀਆਂ ਬੱਕਰੀਆਂ ਨੇਗੀਆਂ ਨਾ ਕਿੰਨੀ ਕਿੰਨੀ ਉਮਰ ਦੀਆਂ ਹੋਣਗੀਆਂ ਇਹ ਪੂਰੇ 8 ਦੰਦ ਕਸੇ ਤਾਂ ਨਹੀਂ ਹੈਗੇ ਦੰਦ ਪੱਕੀ ਗੱਲ ਆ ਸੂਏ ਕਿਵੇਂ ਹੋਣਗੇ ਇਹਨਾਂ ਦੇ ਲਾਗੇ ਹੋਣੇ ਇਹਨਾਂ ਨੇ ਕਿਆ ਕਿਆ ਸੂਆਂ ਦੀ ਬੱਕਰੀ ਤੀਜੇ ਸੂਣਾ ਕਦੋਂ ਕੁ ਸੂਣਾ ਪੰਦਰਾਂ ਦਸਾਂ ਦਿਨਾਂ ਦੇ ਵਿੱਚ ਆ ਲੈ ਵੀ ਐਂ ਕਰੋ ਦਿਖਾਇਓ ਮਾੜਾ ਜਿਹਾ ਆ ਲੈ ਲੈ ਮੁੱਲ ਕੀ ਕਰੇਗਾ ਜੋੜੀ ਦਾ ਕੀ ਕਰੇ ਮੁੱਲ ਜੋੜੀ ਦਾ 1,30,000 ਰੁਪਏ 1,30,000 ਰੁਪਇਆ ਆ ਲੈ ਬਈ ਇਹ ਤਾਂ ਲਾ ਦੇ ਭੈਣਾਂ ਭੈਣਾਂ ਹੁੰਦੀਆਂ ਨੇ ਭੈਣਾਂ ਹੀ ਨੇ ਪੱਕੀ ਗੱਲ ਠੀਕ ਹੈ ਕੱਦ ਵਿੱਢ ਕਿੰਨਾ ਕਹੂਗਾ ਜੀ ਕੱਦ ਵਿੱਢ ਹੋਊਗਾ ਜੀ ਬਸ 40 ਤੋਂ ਥੋੜੀ ਜਿਹਾ ਹੋਊਗਾ 40 ਤੋਂ ਥੱਲੇ ਹੋਊਗਾ ਕੁਝ ਮੁੱਲ ਲੱਗੇਗਾ ਲੱਗੇ ਲੱਖ ਰੁਪਏ ਲੱਗੇ ਲੱਖ ਰੁਪਇਆ 50,000 ਹਾਂ ਠੀਕ ਹੈ ਇਹਦਾ ਥੱਲਾ ਦਿਖਾਇਓ ਕਿਵੇਂ ਹੈਗਾ ਤੇ ਦੁੱਧ ਦੀਆਂ ਕਿਵੇਂ ਹੋਣਗੀਆਂ ਜੀ ਇਹ ਬੱਕਰੀਆਂ ਦੁੱਧ ਪੂਰਾ ਖਰ ਕਰਦੀਆਂ ਨੇ ਠੀਕ ਹੈ ਆ ਲੈ ਵੀ ਚੈੱਕ ਕਰ ਲਓ ਆਰਡਰ ਤੁਹਾਡੇ ਸਾਹਮਣੇ ਹੈਗਾ ਤੁਰਨ ਫਿਰਨ 'ਚ ਕੋਈ ਘਾਟ ਬਾਹਰ ਵਾਲੀਆਂ ਨੇ ਮਾਲ ਵਾਲੀ ਨੇ ਨਾ ਠੀਕ ਹੈ ਕਈ ਵਾਰ ਐਂ ਨਾ ਪਸ਼ੂ ਤਾਂ ਨਹੀਂ ਲੰਗੜਾਉਂਦਾ ਜਾ ਕੋਈ ਘਾਟ ਤਾਂ ਨਹੀਂ ਇੱਕ ਵਾਰੀ ਤੋਰੀ ਬਈ ਇੱਧਰ ਨੂੰ ਦੋਵੇਂ ਬੱਕਰੀਆਂ ਤੋਰਿਓ ਮਾੜਾ ਜਿਹਾ ਕਰਾਂ ਇੱਧਰ ਨੂੰ ਤੋਰ ਦੇ ਆ ਲੈ ਤੁਸੀਂ ਦੇਖੋ ਭਾਈ ਓਏ ਬਹੁਤ ਸਾਫ਼ ਬੱਕਰੀਆਂ ਨੇਗੀਆਂ ਦੋਏ ਬੱਕਰੀਆਂ ਐਂ ਮੰਨ ਕੇ ਚੱਲੋ ਅੱਜ ਦੀ ਮੰਡੀ ਦੀਆਂ ਦੋਏ ਵੱਡੀਆਂ ਬੱਕਰੀਆਂ ਨੇਗੀਆਂ ਹੋਰ ਸਾਈਡ 'ਤੇ ਖੜੀਆਂ ਹੁਣ ਤਾਂ ਕੋਈ ਚੇਤਾ ਨਹੀਂ ਪਰ ਮੈਂ ਦੋ ਆਹੀ ਵੱਡੀਆਂ ਬੱਕਰੀਆਂ ਦੇਖੀਆਂ ਨੇਗੀਆਂ ਦੰਦਾਂ ਦੀਆਂ ਕਹਿੰਦੇ ਨੇ ਸਾਫ਼ ਤੀਜੇ ਸੂਏ ਤੀਜਾ ਸੂਣਾ ਕਹਿੰਦੇ ਉਹ ਕਿ ਸੂਪੀਆਂ ਸੂਣਾ ਜੀ ਤੀਜਾ ਤੀਜਾ ਸੂਣਾ ਹੈ ਠੀਕ ਹੈ ਕਿੱਥੇ ਕੁ ਤੱਕ ਚਾਹ ਕਰਦੇ ਸੀ ਵੀਰੇ ਇਹਨਾਂ ਦੀ ਸਾਨੂੰ ਆਇਆ ਵੀ ਇੱਕ 20,000 ਬੱਕਰੀ 30 ਮੰਗੇ ਤੇ ਠੀਕ ਹੈ ਆਇਓ ਹੋਰ ਹੈਗਾ ਕੁਛ ਦਿਖਾਉਣ ਵਾਲਾ ਆ ਵੀ ਕੱਢਿਓ ਬੱਕਰੀ ਆਇਓ ਤੁਹਾਨੂੰ ਉਹ ਵੀ ਦਿਖਾ ਦੇਣਗੇ ਸ਼ੇਰੇ ਰੰਗ ਦੀ ਬੱਕਰੀ ਸ਼ੇਰੇ ਕਲਰ ਦੀ ਆਇਓ ਸ਼ੇਰਾ ਰੰਗ ਆ ਗਿਆ ਤੁਹਾਡੇ ਸਾਹਮਣੇ ਇਹਦਾ ਮੁੱਲ ਕੀ ਕਰਿਆ ਜੀ ਖਾਨ ਸਾਹਿਬ 45,000 ਗੱਬਣ ਹੈਗੀ ਹੈ ਕਿੰਨੇ ਟਾਈਮ ਦੀ ਹੋਊਗੀ ਤਿੰਨਾਂ ਮਹੀਨਿਆਂ ਦੀ ਆ ਲੈ ਬਾਈ ਮੋਟੇ ਮੋਟੇ ਸਿੰਘ ਨੇਗੇ ਬੱਕਰੀ ਤੁਹਾਡੇ ਸਾਹਮਣੇ ਆ ਕੱਦ ਵਿੱਢ ਹੋਊਗਾ ਨਾ ਜੀ 36-35 ਹੋਊਗਾ ਹਾਂ ਲੰਮੀ ਸਲੰਮੀ ਬਹੁਤ ਬੱਕਰੀ ਐਂ ਕਰੀ ਵੀਰੇ ਆ ਲੈ ਇਹਦਾ ਕੀ ਲੱਗੇਗਾ ਥੋੜ੍ਹੀ ਲੱਗਿਆ ਮੁੱਲ ਤਾਂ ਲੱਗਿਆਗਾ ਤੇ ਲੰਬਾਈ ਬਹੁਤ ਆ ਨਾ ਬੱਕਰੀ ਦੀ ਇਹਨਾਂ ਨੂੰ ਹੈਗੀ ਆ ਫਰਕ ਆ ਲੰਬਾਈ 'ਚੋਂ ਇਹਨਾਂ ਨਾਲੋਂ ਵੱਧਦਾ ਬਾਈ ਬੱਕਰੀ ਦੇਖੋ ਉਹ ਹੀ ਤੁਹਾਡੇ ਸਾਹਮਣੇ ਹੈਗੀ ਠੀਕ ਆ ਜੀ ਹੈ ਬਹੁਤ ਵਧੀਆ ਤਿੰਨ ਬੱਕਰੀ ਸੀ ਅੱਜ ਆਪਣੇ ਕੋਲ ਵੱਡੀਆਂ ਉਹ ਵੀ ਹੈਗੀ ਖੜੀ ਇੱਕ ਨਾ ਚਿੱਟੇ ਜੇ ਮੱਥੇ ਵਾਲੀ ਆ ਲੈ ਆਪਣੀ ਨਹੀਂ ਕਿਹੜੇ ਬਾਈਆਂ ਦੀ ਇਹ ਮੱਟੀ ਦੀ ਆ ਚਲੋ ਇਹ ਉੱਧਰੋਂ ਪੁੱਛ ਲੈਣਗੇ ਆਪਾਂ ਠੀਕ ਆ ਜੀ ਧੰਨਵਾਦ ਆ ਤਾਈ ਆ ਜਾਓ ਖੁੰਡ ਬੰਦੇ ਬੈਠੇ ਨੇ ਆਪਣੇ ਕੋਲ ਬੱਕਰੀਆਂ ਵਾਲੇ ਬੱਕਰੀਆਂ ਦੇਖ ਲਓ ਬਸ ਇੱਦੂ ਗਾਂ ਕਹਿਣ ਦੀ ਲੋੜ ਨਹੀਂ ਹੈਗੀ ਕੀ ਹਾਲ ਹੈ ਜੀ ਮੱਟੀ ਸਾਹਿਬ ਠੀਕ ਹੈ ਜੀ ਤੁਸੀਂ ਦੱਸੋ ਮੱਟੀ ਸਾਹਿਬ ਨੇ ਆਪਣੇ ਪਿੰਡਰਾਂ ਜ਼ਿਲ੍ਹਾ ਸੰਗਰੂਰ ਵਾਲੇ ਇਹ ਕਹਿੰਦੇ ਵੀ ਸਾਡਾ ਕਸੂਰ ਨਹੀਂ ਹੈਗਾ ਸਾਡਾ ਜ਼ਿਲ੍ਹਾ ਸੰਗਰੂਰ ਹੈ ਐਂ ਗੱਲ ਹੈ ਜੀ ਠੀਕ ਹੈ ਦੋਵੇਂ ਬੱਕਰੀਆਂ ਮੰਡੀ 'ਤੇ ਲੈ ਕੇ ਆਏ ਨੇਗੇ ਆਪਣੇ ਕੋਲ ਇਹ ਲਈਆਂ ਨੇ ਲਈਆਂ ਨੇ ਲਈਆਂ ਨੇ ਸੱਚੋ ਇਹਨਾਂ ਨੇ ਭਾਈ ਗਾਹਾਂ ਬਕਾਊ ਵੀ ਹੈਗੀਆਂ ਨੇ ਨਹੀਂ ਬਕਾਊ ਨਹੀਂ ਬਕਾਊ ਨਹੀਂ ਹੈਗੀਆਂ ਘਰ ਵਾਸਤੇ ਲਈਆਂ ਨੇ ਪੱਕੀ ਗੱਲ ਆ ਪੱਕੀ ਗੱਲ ਲੈ ਕੰਨਾਂ ਦੀ ਲੈਂਥ ਦੇਖ ਲਓ ਬਾਈ ਆ ਲੈ ਵੇਚਣ ਵਾਸਤੇ ਨਹੀਂ ਕਹਿੰਦੇ ਲਈਆਂ ਹੋ ਸਕਦਾ ਸੂਆ ਲੈਣਾ ਹੋਵੇ ਖਾਨਦਾਨ ਦੀਆਂ ਕਿਵੇਂ ਨੇਗੀਆਂ ਇਹ ਬੱਕਰੀਆਂ ਮੈਂ ਤਾਂ ਪੁੱਛ ਰਿਹਾ ਖਾਨਦਾਨ ਦੀਆਂ ਨਾ ਵੀ ਤੁਸੀਂ ਬਿਨਾਂ ਖਾਨਦਾਨ ਵਾਲੀ ਤਾਂ ਲੈਂਦੇ ਨਹੀਂ ਹੈਗੇ ਨਾ ਠੀਕ ਹੈ ਆਹ ਦੇਖੋ ਕੰਨ ਦੇਖ ਲਓ ਹੁਣ ਗਈ 14-15 ਇੰਚ ਦੇ ਕੰਨ ਤਾਂ ਨਾ ਮੂੰਹ ਮੱਥਾ ਦੇਖ ਲਓ ਬੱਕਰੀਆਂ ਦਾ ਗੱਬਣਾ ਨੇ ਜੀ
ਆ ਸੂਣ ਵਾਲੀ ਆ ਹਾਂ ਆ ਪਿਛਲੀ ਸੂਈ ਆ ਆ ਸੂਈ ਹੋਈ ਆ ਸੂਈਆਂ ਆਂਦੀਆਂ ਕਿ ਮੈਂ ਨਹੀਂ ਇਹ ਸੂਈ ਆ ਤਾਂ ਦੂਏ ਕਿ ਸੂਈ ਜੀ ਹਾਂ ਆ ਤੀ ਸੂਈ ਆ ਆ ਦੇਖ ਬਈ ਇਹਨੂੰ ਕਾਲੇ ਪਰਾਂ ਕਰੀ ਹਾਂ ਇਹਨੂੰ ਲੈ ਜਾ ਪਿੱਛੇ ਆ ਦੇਖ ਲਓ ਇਹਨੇ ਕਦੋਂ ਸੂਣਾ ਜੀ ਇਹ ਲੈ ਜੀ 20 ਦਿਨ 20 ਦਿਨ ਹਾਂ ਉਹ ਤਾਂ ਹੋ ਗਿਆ ਨਾ 40 ਤੋਂ ਉੱਪਰ ਦੀ ਕੱਦ ਦੀ ਹਾਂ ਜੀ ਤੇ ਇਹਦਾ ਕੱਦ ਇਹ ਬਸ 40 ਕੁ 40 ਕੁ ਹੋਊਗਾ ਹਾਂ ਉਹ 40 ਤੋਂ ਟੱਪੀ ਹੈ 40 ਕੁ ਹੋਊਗੀ ਸੂਏ ਦੀ ਇਹ ਜੀ ਇਹ ਤੀ ਹੈ ਜੀ ਤੀ ਹੈ ਸੂਣਾ ਹਾਂ ਤੰਦਰ ਸਾਹਿਬ ਦੇ ਮੜੇ ਜੀ ਆ ਲਓ ਜੀ ਠੀਕ ਹੈ ਜੀ ਛੱਡ ਦੋ ਲੈ ਦੁੱਧ ਦੀਆਂ ਕਿਵੇਂ ਹੋਣਗੀਆਂ ਜੀ ਇਹ ਬੱਕਰੀਆਂ ਦੁੱਤਾ ਜੀ ਸੇਵਾ ਦਾ ਠੀਕ ਹੈ ਹਾਂ ਜਿਹਨੂੰ ਜਾਤ ਵਧੀਆ ਹੋਣੀ ਚਾਹੀਦੀ ਹੈ ਦੁੱਤਾ ਕਰੇ ਹੋਣੀ ਹੈ ਜੇ ਆਪਾਂ ਸਾਮ ਕਰਾਂਗੇ ਦੁੱਤਾ ਉਹਦੇ ਹਿਸਾਬ ਨਾਲ ਦੇਣਗੇ ਹਾਂ ਠੀਕ ਹੈ ਆ ਲੈ ਬਈ ਇਹ ਜਾਤ ਕਿਵੇਂ ਦੇਖੀ ਦੇ ਬੱਕਰੀ ਦੀ ਵਧੀਆ ਨੇ ਕੱਦ ਗਾਠ ਵਧੀਆ ਨੇ ਠੀਕ ਹੈ ਹਾਂ ਜੀ ਚੰਗੀ ਗੱਲ ਆ ਦੇਖ ਲਓ ਬਈ ਤੁਹਾਡੇ ਸਾਹਮਣੇ ਬੱਕਰੀ ਆ ਐਡੇ ਪੇਟੇ ਦੀ ਬੱਕਰੀ ਪਾਨੇ ਆ ਅੱਜ ਦੀ ਮੰਡੀ ਤੇ ਇਹੀ ਦੇਖੀ ਆ ਐਡਾ ਪੇਟਾ ਨਹੀਂ ਦੇਖਿਆ ਕਿਸੇ ਦਾ ਤੇ ਮੂੰਹ ਮੱਥਾ ਕੰਨ ਤੁਹਾਡੇ ਸਾਹਮਣੇ ਨੇਗੇ ਇੰਨਾ ਸੋਹਣਾ ਮੂੰਹ ਇਹ ਬੱਕਰੀ ਦਾ ਵੀ ਤੇ ਉਹ ਦੂਸਰੀ ਬੱਕਰੀ ਦਾ ਵੀ ਇੰਨੇ ਹੀ ਮੂੰਹ ਰਹੇਗਾ ਵੱਧ ਤੋਂ ਵੱਧ ਜੀ ਖਾਨ ਸਾਹਿਬ ਕਿੰਨੀ ਮਹਿੰਗੀ ਬੱਕਰੀ ਵੇਚਦੇ ਹੋਗੇ ਤੁਸੀਂ ਬੱਕਰੀ ਦਾ ਸਮਾਈ ਦੇ ਹਿਸਾਬ ਤੇ ਨਹੀਂ ਮੈਂ ਵੇਚੀ ਦੀ ਗੱਲ ਕਰ ਰਿਹਾ ਵੇਚੀ ਜਾਂਦੇ ਲੱਖ ਦੀ ਡੇਢ ਲੱਖ ਦੀ ਨਾਰਮਲ ਵੇਚੀਆਂ ਨੇ ਇੰਨੀਆਂ ਦਾ ਵੇਚੀਆਂ 60 70 ਨੂੰ ਤਾਂ ਆਵੇਂ ਵੇਚੀਆਂ ਨੇ ਅੱਛਾ ਇਹ ਵੀ 60 70 ਵਾਲੀ ਤਾਂ ਆਮ ਕਹਾਣੀ ਹੈ ਤੁਹਾਡੇ ਕੋਲ ਹਾਂ ਪਰ ਉਹਨੂੰ ਜੇ ਸਾਹਮਣਦਾਰੀ ਵਿੱਚ ਬੰਦਾ ਲਾ ਕਹਿੰਦਾ ਸੇਵਾ ਨਹੀਂ ਕਰਦਾ ਉਹ ਗੱਲ ਕਰੂੰ ਬਣਦੀ ਹੈ ਫਿਰ ਠੀਕ ਹੈ ਜੇ ਆਪਾਂ ਗੱਲਬਾਤ ਕਰੀਏ ਵੀ ਖੁਰਾਕ ਦੇ ਵਿੱਚ ਕੀ ਕੀ ਪਾ ਸਕਦੇ ਆਂਗੇ ਇਹਨਾਂ ਨੂੰ ਖੁਰਾਕ ਤਾਂ ਜੀ ਦਾ ਚਾਰਨ ਤੋਂ ਬਿਨਾ ਛਿੱਟੀ ਜਲਦ ਕਣਕ ਸਿਲਕਾ ਰਲਾ ਰਲਾ ਹਾਂ ਹੁਣ ਵਿੱਚ ਬੰਦੇ ਪਾਉਂਦੀ ਥੋੜਾ ਥੋੜਾ ਜਿਹਾ ਨੇ ਹਰਾ ਹੁਰਾ ਪਾਉਂਦੇ ਲਿਆ ਕੇ ਬੰਨ ਕੇ ਬਸ ਕਰਾਉਂਦੇ ਨੇ ਉਹਦੀ ਠੀਕ ਹੈ ਕਈ ਬੰਦੇ ਫਾਰਮਾਂ ਫੂਰਮਾਂ 'ਚ ਲਗਾਏ ਨੇ ਹਾਂ ਹੱਥ ਜਮੀ ਸੁਕਾਈਆਂ ਪਈਆਂ ਹੁੰਦੀਆਂ ਨੇ ਠੀਕ ਹੈ ਤੁਹਾਡੇ ਤੋਂ ਲੈ ਜਾਂਦੇ ਨੇ ਬਹੁਤ ਲੈ ਜਾਂਦੇ ਨੇ ਹਾਂ ਠੀਕ ਹੈ ਪਰ ਉਹ ਰਹਿੰਦੀ ਨਹੀਂ ਉੱਥੇ ਜਾ ਕੇ ਖਿਆਲ ਲੱਗੇ ਜਿੱਤੋਂ ਬੰਦਾ ਕੋਈ ਅੱਛਾ ਜਮੀ ਦਵਾਤੀ ਠੀਕ ਹੈ ਜਿਹਨੂੰ ਸਾਹਮ ਕਰੀ ਜਾਵੇ ਹੁਣ ਸਾਡੇ ਕੋਲ ਫਿਰ ਵੀ ਮਾਲ ਇਕੱਠਾ ਹੁੰਦਾ ਹਾਂ ਜੇ ਖੁੱਲਾ ਸਮਾਨ ਪਵੇ ਆਪੀ ਭਰੀ ਹੋਈਆਂ ਨੇ ਵਿੱਚ ਬੰਦੇ ਹੈਗੇ ਵੀ ਨੇੜੇ ਬੰਦੇ ਸਾਹਮਣੇ ਨੇ ਬਹੁਤ ਅੱਛਾ ਹਾਂ ਵੀ ਸਮਾਈ ਜ਼ਰੂਰੀ ਹੈ ਇਹਨਾਂ ਦੀ ਚੰਗੀ ਤਰ੍ਹਾਂ ਕਰਨੀ ਪੈਂਦੀ ਹੈ ਜੀ ਸਹੀ ਗੱਲ ਆ ਕਰੇਜ਼ ਕਿੰਨਾ ਕੁ ਹੋ ਗਿਆ ਬੱਕਰੀ ਦਾ ਕਹਿਣ ਤੋਂ ਭਾਵ ਵੀ ਕਿੰਨੀ ਕੁ ਮੰਗ ਹੋ ਗਈ ਹੁਣ ਮੰਗ ਬਥੇਰੀ ਹੈ ਜੀ ਹੁਣ ਠੀਕ ਹੈ ਮੰਗ ਤਾਂ 50 ਬੰਦੇ ਮੰਗਟੇ ਸਤੋਂ ਵੀ ਵੇਚਣੀ ਹੈ ਜੀ ਇਹ ਦੋ ਬੱਕਰੀਆਂ ਹਾਂ ਠੀਕ ਹੈ ਆ ਹੋਈ ਨਾ ਗੱਲ ਪਿੰਡਾਂ 'ਚ ਬਥੇਰਾ ਗੱਡੀਆਂ 'ਚ ਅੱਛਾ ਹਾਂ ਅਸਲ ਜਿਹੜਾ ਤੈਨੂੰ ਪਤਾ ਹੀ ਹੈ ਚੰਗੇ ਪੁੱਛ ਦਾ ਮੰਗ ਹੈਗੀ ਹੈ ਚੰਗੀ ਠੀਕ ਹੈ ਚੰਗੀ ਗੱਲ ਆ ਰੇਟ ਨੇ ਜਿਹੜੇ ਇਹ ਕਦੋਂ ਕਦੋਂ ਵਧੇ ਨੇ ਜ਼ਿਆਦੇ ਇਹ ਵਧੇ ਨੇ ਜਦੋਂ ਆ ਗਾਈਆਂ ਗੁਈਆਂ ਦਾ ਡਾਊਨ ਹੋਇਆ ਕੰਬਲ ਅੱਛਾ ਮੰਨ ਕੇ ਚੱਲੋ ਵੀ ਥੋੜੇ ਸਮੇਂ 'ਚ ਹੀ ਵੱਧ ਗਏ ਜ਼ਿਆਦੇ ਹੋ ਚੰਗੀ ਗੱਲ ਆ ਲੋਕ ਨਵੇਂ ਬਹੁਤ ਆ ਰਹੇ ਨੇ ਕਿਤੇ 'ਚ ਨਾ ਸਹੀ ਗੱਲ ਚਲੋ ਲੱਗਣਾ ਵੀ ਚਾਹੀਦਾ ਕਾਮਯਾਬ ਨਾਮ ਕਾਮਯਾਬ ਵੀ ਇਹ ਬੰਦੇ ਦੇ ਸਿਰ 'ਤੇ ਨਾ ਠੀਕ ਹੈ ਜੀ ਹੈ ਧੰਨਵਾਦ ਬਹੁਤ ਵਧੀਆ ਚੰਗੀ ਗੱਲਬਾਤ ਲੱਗੀ ਬਈ ਆਹ ਬੱਕਰੀਆਂ ਵੀ ਆਪਣੇ ਬਾਈਆਂ ਦੀਆਂ ਨੇ ਇਹਨਾਂ ਦੀਆਂ ਵੀ ਦਿਖਾ ਦੇਣੇ ਤੁਹਾਨੂੰ ਕਾਲਾ ਦੰਦਰਾਲੇ ਵਾਲਾ ਕਾਲਾ ਸਿੰਘ ਖਾਨ ਬਈ ਸਿੰਘ ਸਿੰਘ ਕਾਲਾ ਸਿੰਘ ਸਿੰਘ ਕਾਲਾ ਸਿੰਘ ਹੀ ਹੈ ਨਾ ਠੀਕ ਹੈ ਆ ਜਾਓ ਬਈ ਆ ਦੇਖ ਇਹਦਾ ਕੀ ਮੁੱਲ ਹੈ ਵੀਰੇ ਇਹਦਾ 28000 ਰੁਪਇਆ ਜੀ ਕਾਨੂੰਨ ਪਰ ਸੁਣੀ ਗਈ ਇੱਕ ਬੱਚਾ ਚਾਰ ਦੰਦ ਨੇਗੇ ਦੇਖੋ ਬਈ ਬਈ ਧੌਣ ਬੜੀ ਵੱਡੀ ਹੈ ਬੱਕਰੀ ਦੀ ਇੱਕ ਬੱਚੇ ਦੋਗੇ ਨਾਲੇ ਦੇ ਲੱਗਿਆ ਮੁੱਲ ਕੁਛ ਕਿੰਨਾ ਕੁ ਵੀਰੇ 18-19 ਗਲਾ ਬੈਠਿਆ ਹੋਇਆ ਲੱਗਦਾ ਨਾ ਗਲਾ ਬੈਠਿਆ ਸਹੀ ਗੱਲ ਆ ਆਹ ਪੱਠ ਕਿਵੇਂ ਗਈ ਨਿੱਕੀ ਇਹ ਵੀ ਸੂਈ ਵੇਚਦਾ ਜੀ ਇਹਦਾ ਕੀ ਮੁੱਲ ਹੈਗਾ ਇਹਦਾ 30000 ਰੁਪਇਆ ਜੀ 30000 ਕੱਦ ਵਿੱਡੇ ਦੇ ਨਾਲ ਛੋਟਾ ਬਈ ਮੁੱਲ ਜ਼ਿਆਦੇ ਆ ਹੈ ਦੋ ਦਿੰਦੇ ਆ ਅੱਛਾ ਇਹ ਗੱਲ ਹੈਗੀ ਹਾਂਜੀ ਪੂਰਾ ਕਰੀ ਦੁੱਗੀ ਸਿੱਗੀ 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 ਆ ਬਈ ਹੁਣ ਮੈਂ ਹੁਣ ਇਹਦਾ ਰੇਟ ਘਟਾ ਲਾਉਣ ਇਹਦਾ ਫਿਰ ਠੀਕ ਹੈ ਅੱਛਾ ਉਹ ਉਹਦੇ ਭੁਲੇਖੇ ਮੰਗ ਲਿਆ ਚਲੋ ਕੋਈ ਗੱਲ ਨਹੀਂ ਬਈ ਹੁਣ ਹੁਣ ਕੀ ਹੈ ਇਹਦਾ ਦੰਦ ਦੇਖ ਕੇ ਘੱਟ ਚਲੋ 30 ਹੈ ਚਲੋ ਥੱਲੋਂ ਚੰਗੀ ਆ ਠੀਕ ਉਹ ਲਾਲ ਬੱਕਰੀ ਕੀ ਮੁੱਲ ਆ ਉਹਦਾ ਵੀਰੇ 28000 ਕਿਆ ਬਾਤ ਆ ਕਿੰਨੀਆਂ ਬੱਕਰੀਆਂ ਸੂਈਆਂ ਹੋਈਆਂ ਲਿਆਂਦੇ ਨੇ ਕਾਲੇ ਵੀਰੇ ਮੰਗਿਆ ਕਿਉਂ ਮੰਗਿਆ ਤੁਹਾਡੇ ਸਾਹਮਣੇ ਮੂੰਹ ਦੇਖੋ ਕਿੱਡਾ ਵੱਡਾ ਮੂੰਹ ਆ ਕਿੰਨੀ ਚੰਗੀ ਆ ਬੱਕਰੀ ਹੈ ਨਾ ਤੁਹਾਡੇ ਸਾਹਮਣੇ ਦੁੱਧ ਦਾ ਕਿਵੇਂ ਹੋਊਗਾ ਇਹਦਾ ਹੋਊਗਾ ਨਾ ਦਾਣਾ ਦੱਪਾ ਪਾ ਕੇ ਤਾਂ ਚੰਗਾ ਕੱਢ ਹੀ ਦਊਗੀ ਅੱਛਾ ਵੀ ਜਿਹੜਾ ਖਾ ਲਿਆ ਬਾਹਰੇ ਖਾ ਲਿਆ ਘਰੇ ਆ ਕੇ ਜਿਹੜਾ ਪੈ ਗਿਆ ਪੈ ਗਿਆ ਠੀਕ ਹੈ ਚੰਗਾ ਵੀਰੇ ਹੈ ਬਹੁਤ ਧੰਨਵਾਦ ਦੋ ਬੱਚੇ ਕਹਿੰਦੇ ਨੇ ਇਹਦੇ ਨਾਲ ਠੀਕ ਹੈ ਓਕੇ ਵੀਰੇ ਦਿਖਾਉਣਗੇ ਤੁਹਾਨੂੰ ਜਮਾਂ ਪਿਓਰ ਦੇਸੀ ਬੱਕਰੀਆਂ
गलबात करिए देसी कहण दे विच देसी ने, जे दुध की गलबात करिए आर्डर दिखाओगे ना तो ऐ मन के चलो भी चंगी चंगी बड़िया बकरियों का मुकाबला करनगियां। पुछदे आ बाईआं तो की गलबात अज इन्हां वास्ते, की हाल है वीरे? ठीक है जी। किहड़ा पिंड है बाई जी? चकवख्तू है। चकवख्तू, ये बकरियां मनो बई पहला की रिकॉर्ड रहेगा मुल कर बकरियां ने सामने कद विड कि कहूगा बी कद कुदा जी मिले मान के जाओ 33-34 कहूगा ना 33-34 दिन च कद दियां बकरियां आउणगियां। मुल लगे किसी तेना दोवां चों? हाँ जी, इन्होंने दोनों का होंगे जी अगली मंडी से उदो लाया नहीं सीगा इन्हें। किन्ना? 1.40 लगे सी। 1.40 अज लगे कुछ? अज तो ये ले गए हैं थोड़ा चिर ही होया। ठीक है, अज मुल मिलना तो ज्यादा कर रहे होंगे? नहीं जी, मुल तो नहीं ज्यादा कर रहे जी। अच्छा, क्या बात है, इधर करो भाई। आ देखो भाई आर्डर देखो, बहुत बड़ा है बकरी का, सूगी जो होर भी दुध। हाँ जी, ये हफ्ते ही लाया जी, अगली मंडी से लाया नहीं पहले, लाया नहीं जो लिया हूँ ला लिया है, हफ्ते च ला है, हफ्ते च ला लिया दुद्ध, दिन ही लेगी कहते सून दे। ठीक है वीरे, चंगी गल, तुरोंगे एक बार इधर? हाँ जी। लै देसी बकरियां दिखाती अज थोनों जिन्हें दुद्ध वास्ते लेनी होंगे कई बार। ठीक है भाई जी, की हाल है वीरे? वधिया वीरे। क्या बात है, किहड़े पिंड आए? हनुमानगढ़ तो जी। जिला? जिला हनुमानगढ़ है जी। अच्छा, जिला हनुमानगढ़। हाँ जी। हनुमानगढ़ तो ही आए? हाँ जी। क्या मुल किया इहदा? 80,000 रुपये वीरे। किन्ने दंदां दी इह? 6 दंद लाउंदी है जी। पक्की गल है? हाँ जी। सूआ? सूआ दूजे सूए सूगी। सूगी गब्बण हैगी? आ गब्बण है जी। हैगी तां लस्सी जी भरावा वीरे, भुक्की खड़ी है। अच्छा, हाँ जी, ठीक है। मुल भी 80,000 कर रहा है। कद किन्ना होगा? कद दा 37 इंच हैगा जी। 37 इंच, 80,000 मंगया, लग्या की आ? लग्या दा 52,000 रुपया लग्या। पक्की गल है? पक्की गल है जी। फिर आए मन के चल भी जे 80,000 लगे तू सिरे का बंदा हो। हाँ जी, पक्की गल है ना? लगे पक्की गल है। चलो वो तेरी ईमानदारी है, बकरी देख लो। 50,000 मिनट करी जांदे जी आपां नूं। पक्की गल? हाँ जी। चल ठीक है भाई, ये बंदा कहंदा भाई, कहंदा भी 52। हाँ जी, 52,000 50 ते 2 ही। हाँ जी, ठीक है भाई, 50 ते 2 52 कहंदा भी मैनूं देई जांदे। चल भाई, जे इन्ना दे रहा तां चंगी गल आ, बकरी लस्सी जरूर आ गई। हाँ जी, ठीक है भाई, हां लै जा इहनूं तोर के इधर दिखाई मड़े। हां लै पूरा करी भाई, कन्न वड्डे ने, कि कन्ना का मुल ही तो नहीं करी? ना, ना, क्वालिटी का मुल है जी। नक्क नकोड़े की देख जी, सिंगा की देख, ठीक है, अख की देख, बकरी का चमड़ी की देखो जी, चमड़ी देखो एकदम रेशम वर्गी है जी। क्या बात है, ठीक है वीरे। हैं हाँ जी, खवा इनू तो तू लुंग पत्ती जाके, लुंग पत्ती खाओगे हुन उठ जाके खाओगे जाते। पक्की गल? हां जी, होयो काम जाओ? बिल्कुल जी, ठीक है। ਸ਼ੌਕ ਵਾਸਤੇ ਆਪਾਂ ਲਈ ਸੀ, ਸ਼ੌਕ ਪੂਰਾ ਕਰਨਾ ਜੀ ਇਹਦਾ। ਸ਼ੌਕ ਪੂਰਾ ਕਰਨਾ? ਹਾਂਜੀ, ਹੁਣ ਲਈ ਆ। ਹਾਂਜੀ, ਅਗਰ ਕੋਈ ਲੈਣਾ ਚਾਹੇ ਆਪਾਂ ਸੇਲ ਵੀ ਕਰ ਦਿਆਂਗੇ। ਸੇਲ ਵੀ ਕਰ ਦਿਆਂਗੇ, ਠੀਕ ਹੈ। ਹਾਂਜੀ, ਲੈ ਓਕੇ ਬਾਈ।